ਦਿਨ ਹਸ਼ਰ ਨੂੰ ਸੱਜਦੇ ਕਰ ਕਰਕੇ ਮੇਰੇ ਪੀਰ ਨੇ ਰੱਬ ਨੂੰ ਮਨਾ ਲੈਣਾ। ਆਹ ਤਾਂ ਚੁੱਕ ਕੇ ਸੁਭਾਨ ਅੱਲਾਹ। ਦਿਨ ਹਸ਼ਰ ਨੂੰ ਸੱਜਦੇ ਕਰ ਕਰਕੇ ਮੇਰੇ ਪੀਰ ਨੇ ਰੱਬ ਨੂੰ ਮਨਾ ਲੈਣਾ। ਸਾਡੇ ਵਰ ਗਏ ਗੁਨੇਗਾਰਾਂ ਨੂੰ ਮੌਲਾ ਘੁੱਟ ਕੇ ਸੀਨ ਲਾ ਲੈਣਾ। ਜਦੋਂ ਕੁੱਲ ਨਬੀਆਂ ਨੇ ਨਾ ਕਰਨੀ, ਜਦੋਂ ਕੁੱਲ ਨਬੀਆਂ ਨੇ ਨਾ ਕਰਨੀ, ਜਦੋਂ ਕੁੱਲ ਨਬੀਆਂ ਨੇ ਨਾ ਕਰਨੀ, ਕੱਲੇ ਰੱਬ ਦੇ ਸਜਣ ਨੇ ਹਾਂ ਕਰਨੀ। ਉੱਚੀ ਕਿਉਂ ਨੀ ਬੋਲਦੇ? ਉੱਚੀ ਬੋਲੀ ਜਦੋਂ ਕੁੱਲ ਨਬੀਆਂ ਨਾ ਕਰਨੀ, ਕੱਲੇ ਰੱਬ ਦੇ ਸਜਣ ਨੇ ਹਾਂ ਕਰਨੀ। ਉੱਥੇ ਸਭ ਨਬੀਆਂ ਮੇਰੇ ਆਕਾ ਨੂੰ ਆਪਣਾ ਸਿਰਦਾਰ ਬਣਾ ਲੈਣਾ। ਦਿਨ ਹਸ਼ਰ ਨੂੰ ਸੱਜਦੇ ਕਰ ਕਰਕੇ ਮੇਰੇ ਪੀਰ ਨੇ ਰੱਬ ਨੂੰ ਮਨਾ ਲੈਣਾ। ਅਗਲੇ ਜੁਮਲੇ ਤੇ ਜ਼ਰਾ ਗੌਰ ਕਰਿਆ ਹੈ। ਚੁੱਕ ਚੁੱਕ ਕੇ ਅੱਡੀਆਂ ਲੋਕੀ ਵੇਖਣਗੇ, ਚੁੱਕ ਚੁੱਕ ਕੇ ਅੱਡੀਆਂ ਲੋਕੀ ਵੇਖਣਗੇ, ਇਹ ਸ਼ਾਨ ਵਾਲਾ ਕੌਣ ਆਇਆ। ਹਾਏ ਹਾਏ ਚੁੱਕ ਚੁੱਕ ਕੇ ਅੱਡੀਆਂ, ਚੁੱਕ ਚੁੱਕ ਕੇ ਅੱਡੀਆਂ ਲੋਕੀ ਵੇਖਣਗੇ, ਇਹ ਸ਼ਾਨ ਵਾਲਾ ਕੌਣ ਆਇਆ। ਜਦੋਂ ਸੋਹਣੇ ਹਮਦ ਦੇ ਝੰਡੇ ਨੂੰ ਬਿਸਮਿਲਾ ਪੜ੍ਹ ਕੇ ਉਠਾ ਲੈਣਾ। ਬੇਸ਼ੱਕ ਹੈ ਜੰਨਤ ਬਹੁ ਸੋਹਣੀ। ਅੱਲਾ ਨਸੀਬ ਕਰੇ ਸਭ ਮੁਸਲਮਾਨਾਂ ਜਿਵੇਂ ਅੱਜ ਇਕੱਠੇ ਬੈਠੇ, ਇਵੇਂ ਜੰਨਤ ਚ ਰਾਬਾ ਇਕੱਠਿਆਂ ਕਰ। ਬੇਸ਼ੱਕ ਹੈ ਜੰਨਤ ਬਹੁ ਸੋਹਣੀ, ਬੇਸ਼ੱਕ ਹੈ ਜੰਨਤ ਬਹੁ ਸੋਹਣੀ, ਪਰ ਉਸ ਦਿਨ ਉਸ ਤੇ ਉਰੂ ਜੋ ਸੀ, ਜਿਸ ਦਿਨ ਉਸ ਵਿੱਚ ਮੇਰੇ ਆਕਾ ਨੇ ਸਣੇ ਯਾਰਾਂ ਦੇ ਡੇਰਾ ਲਾ ਲੈਣਾ। ਜਿਸ ਜ਼ਾਤ ਦੇ ਖੁਰਾਨ ਆਇਆ ਏ ਉਹ ਜ਼ਾਤ ਨਬੀਆਂ ਚੁਲਾ ਰਹੇ ਬੇ, ਉਹ ਜਿੰਨਾ ਸ਼ਹਿਰ ਕੁਰਾਨ ਆਇਆ ਏ ਉਹ ਸ਼ਹਿਰ ਦੁਨੀਆਂ ਚੁਲਾ ਰਹੇ ਬਨੇ, ਜਿਸ ਉਮਤ ਕੁਰਾਨ ਆਇਆ ਏ ਉਹ ਉਮਤਾਂ ਚ ਉਮਤ ਲਾ ਰਹੇ ਬੇ, ਉਹ ਜਿੰਦੇ ਸੀਨੇ ਚ ਕੁਰਾਨ ਮਹਿਫੂਜ਼ ਹੋ ਗਿਆ ਏ, ਉਹ ਦੁਨੀਆਂ ਦੇ ਵਿੱਚੋਂ ਉਹ ਦੋ ਬੰਦੇ ਵੀ ਸ਼ਾਨਾ ਵਾਲੇ ਨੇ। ਮੇਰੇ ਨਬੀ ਨੂੰ ਸਵਾਲ ਹੋਇਆ, ਐ ਸੋਹਣੇ ਨਬੀ ਜੀ ਬੜੇ ਬੜੇ ਲੋਕ ਆਏ ਨਾ ਦੁਨੀਆਂ ਦੇ ਵਿੱਚੋਂ ਸ਼ਾਨ ਵਾਲੇ ਕੌਣ ਨੇ? ਮੇਰੇ ਨਬੀ ਨੇ ਫਰਮਾਇਆ, ਹਾਏ ਕਿਸੇ ਨੂੰ ਪ੍ਰੋਟੋਕੋਲ ਨੰਬਰਦਾਰ ਦੇ ਰਿਹਾ ਹੈ, ਕਿਸੇ ਨੂੰ ਪ੍ਰੋਟੋਕੋਲ ਚੌਧਰੀ ਦੇ ਰਿਹਾ ਹੈ, ਕਿਸੇ ਨੂੰ ਪ੍ਰੋਟੋਕੋਲ ਕੋਈ ਤਾਜਰ ਦੇ ਰਿਹਾ ਹੈ, ਕਿਸੇ ਨੂੰ ਪ੍ਰੋਟੋਕੋਲ ਵਜ਼ੀਰ ਆਲਾ ਦੇ ਰਿਹਾ ਹੈ, ਕਿਸੇ ਨੂੰ ਪ੍ਰੋਟੋਕੋਲ ਵਜ਼ੀਰ ਆਜ਼ਮ ਦੇ ਰਿਹਾ ਹੈ। ਜਦੋਂ ਕੁਰਾਨ ਵਾਲਿਆਂ ਦਾ ਨੰਬਰ ਆਇਆ, ਮੇਰਾ ਇਹਨਾਂ ਨੂੰ ਪ੍ਰੋਟੋਕੋਲ 14 ਤਬਕਾਂ ਦਾ ਸਰਦਾਰ ਆਮਨਾ ਦਾ ਸੋਹਣਾ ਲਾਲ ਦੇ ਰਿਹਾ ਹੈ। ਪਿਆਰੇ ਨਬੀ ਨੇ ਫਰਮਾਇਆ, ਉਹ ਸਵਾਲ ਕਰਨ ਵਾਲੋ ਮੇਰੇ ਯਾਰੋ, ਸਾਰੀ ਦੁਨੀਆ ਦੇ ਇਨਸਾਨਾਂ ਦੇ ਵਿੱਚੋਂ ਦੋ ਇਨਸਾਨ ਅਫਜ਼ਲ ਨੇ। ਫਰਮਾਇਆ ਕਿਹੜੇ ਕਿਹੜੇ? ਖੈਰੁਕੁਮ ਮਨ ਤਅੱਲਮਲ ਕੁਰਾਨ ਵਅੱਲਮਹੁ। ਫਰਮਾਇਆ ਕੁਰਾਨ ਪੜ੍ਹਨ ਵਾਲੇ ਤੇ ਕੁਰਾਨ ਪੜ੍ਹਾਉਣ ਵਾਲੇ ਇਹ ਸਾਰੀ ਦੁਨੀਆ ਜੋ ਸ਼ਾਨ ਵਾਲੇ ਨੇ। ਕਿਉਂ? ਜਿਹੜਾ ਕੁਰਾਨ ਪੜ੍ਹਾ ਰਿਹਾ ਹੈ ਉਹਦਾ ਤਲਕ ਵੀ ਕੁਰਾਨ ਨਾਲ ਹੈ, ਤੇ ਜਿਹੜਾ ਕੁਰਾਨ ਪੜ੍ਹ ਰਿਹਾ ਹੈ
ਉਹਦਾ ਤਲਕ ਵੀ ਕੁਰਾਨ ਨਾਲ ਹੈ। ਆਓ ਜ਼ਰਾ ਇੱਕ ਗੱਲ ਹੋਰ ਉਹ ਤਾਜਰੋ ਜਿਹੜਾ ਰੱਬ ਤੁਹਾਨੂੰ ਮਾਲ ਦਿੱਤਾ ਨਾ ਮਾਲ, ਇਹ ਮਾਲ ਵੀ ਤੁਹਾਡੀ ਕਮਾਲ ਨਹੀਂ। ਮੇਰੇ ਨਬੀ ਦੇ ਕੋਲ ਇੱਕ ਸਿਆਬੀ ਆਇਆ ਆਂਦਾ ਸੋਹਣੇ ਨਬੀ ਜੀ, ਤੇ ਮੇਰੇ ਨਬੀ ਨੇ ਫਰਮਾਇਆ ਜੀ ਉਹ ਮੇਰਾ ਜਿਗਰੀ ਕੀ ਸਵਾਲ ਕਰਨਾ। ਆਂਦਾ ਜੀ ਮੈਂ ਸਾਰਾ ਦਿਨ ਕੰਮ ਕਰਨਾ, ਮੇਰਾ ਬਿਰਾ ਸਾਰਾ ਦਿਨ ਕੁਰਾਨ ਪੜ੍ਹਦਾ, ਚਲੋ ਥੋੜਾ ਜਿਹਾ ਵਕਤ ਕੁਰਾਨ ਵੀ ਦੇ ਲਵੇ, ਮੇਰੇ ਨਾਲ ਹੱਥ ਵਟਾਵੇ, ਮੈਂ ਕੰਮ ਕਰਦਾ ਕਰਦਾ ਥੱਕ ਜਾਂਦਾ ਤੇ ਕੁਰਾਨ ਹੀ ਪੜ੍ਹਦਾ ਰਹਿੰਦਾ ਸਾਰਾ ਦਿਨ। ਪਿਆਰੇ ਨਬੀ ਨੇ ਫਰਮਾਇਆ ਓ ਮੇਰਾ ਸਿਆਬੀ, ਇਸ ਕੁਰਾਨ ਦੀ ਵਜ੍ਹਾ ਨਾਲ ਹੀ ਰੱਬ ਲੋਕਾਂ ਨੂੰ ਤੇ ਰੱਬ ਤੈਨੂੰ ਰੋਜ਼ੀਆਂ ਦੇ ਰਿਹਾ ਹੈ। ਜਦੋਂ ਦੁਨੀਆਂ ਮੇ ਇੱਕ ਬੰਦਾ ਵੀ ਨਹੀਂ ਬਚੇਗਾ ਕੁਰਾਨ ਪੜ੍ਹਨ ਵਾਲਾ ਤੇ ਪੜ੍ਹਾਉਣ ਵਾਲਾ, ਫਿਰ ਕਿਸੇ ਨੂੰ ਰੋਜ਼ੀ ਨਹੀਂ ਮਿਲੇਗੀ। ਇਹ ਅਗਰ ਰੋਜ਼ੀਆਂ ਮਿਲ ਰਹੀਆਂ ਨੇ ਤੇ ਇਹਨਾਂ ਕੁਰਾਨ ਦੇ ਤਾਲਬ ਇਲਮਾਂ ਦੀ ਵਜ੍ਹਾ ਤੂੰ ਤੇ ਕੁਰਾਨ ਦੀਆਂ ਕਾਰੀਆਂ ਦੀ ਵਜ੍ਹਾ ਤੂੰ ਰੱਬ ਲੋਕਾਂ ਨੂੰ ਰੋਜ਼ੀਆਂ ਦੇ ਰਿਹਾ ਹੈ। ਜਦੋਂ ਇਹ ਲੋਕ ਖਤਮ ਹੋ ਗਏ ਫਿਰ ਰਹਿਮਤਾਂ ਵੀ ਮੁੱਕ ਜਾਣਗੀਆਂ, ਲੋਕਾਂ ਦੇ ਅੰਦਰ ਬਹੁਤ ਬੜੇ ਨੁਕਸਾਨ ਸ਼ੁਰੂ ਹੋ ਜਾਣਗੇ। ਇਹਨਾਂ ਨੂੰ ਬੁਰੀ ਨਜ਼ਰ ਨਾ ਨਾ ਸਕਿਆ ਕਰ, ਇਹਨਾਂ ਦੀ ਸ਼ਾਨ ਬੜੀ ਹੈ। ਉਹ ਜਿਨ੍ਹਾਂ ਨੂੰ ਸ਼ਾਨ ਵਾਲਾ ਮਕਾਮ ਵਾਲਾ ਅਜ਼ਮਤ ਵਾਲਾ ਮੇਰਾ ਪਾਕ ਨਬੀ ਆਖੇ ਉਹਨਾਂ ਨੂੰ ਤੁਸੀਂ ਹਕਾਰਤ ਦੀ ਨਜ਼ਰ ਨਾਲ ਨਹੀਂ ਵੇਖਣਾ। ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹੁ ਤਾਲਾ ਅਨਹੁ ਪਿਆਰੇ ਨਬੀ ਨੂੰ ਪੁੱਛਦੇ, ਸੋਹਣੇ ਨਬੀ ਜੀ ਕੋਈ ਮੈਨੂੰ ਨਸੀਹਤ ਹੀ ਕਰ ਦਿਓ ਵੱਡੀ ਸਾਰੀ। ਪਿਆਰੇ ਨਬੀ ਨੇ ਫਰਮਾਇਆ ਐ ਅਬੂ ਹੁਰੈਰਾ, ਕੁਰਾਨ ਪੜਿਆ ਵੀ ਕਰ ਤੇ ਕੁਰਾਨ ਪੜਾਇਆ ਵੀ ਕਰ। ਕਹਿਣ ਲੱਗੇ ਮੈਂ ਕੁਰਾਨ ਪੜ੍ਹਦਾ ਵੀ ਰਵਾਂਗਾ, ਕੁਰਾਨ ਪੜਾਉਂਦਾ ਵੀ ਰਵਾਂਗਾ, ਆਖਿਰ ਮੈਨੂੰ ਮੌਤ ਆਏਗੀ। ਜੇ ਮੈਨੂੰ ਮੌਤ ਆ ਗਈ ਕੁਰਾਨ ਪੜ੍ਹਦਿਆਂ ਪੜਾਉਂਦਿਆਂ ਤੇ ਮੈਨੂੰ ਕੀ ਮਿਲੇਗਾ? ਪਿਆਰੇ ਨਬੀ ਨੇ ਫਰਮਾਇਆ ਤੇਰੀ ਕਬਰ ਤੇ ਰੋਜ਼ਾਨਾ 70,000 ਫਰਿਸ਼ਤੇ ਆ ਕੇ ਕਿਆਮਤ ਦੀਆਂ ਦੀਵਾਰਾਂ ਤੱਕ ਰੋਜ਼ਾਨਾ ਦੁਆਵਾਂ ਕਰਦੇ ਰਹਿਣਗੇ। ਐਵੇਂ ਤਾਂ ਮੇਰੇ ਨਬੀ ਨੇ ਨਹੀਂ ਪ੍ਰੋਟੋਕੋਲ ਦਿੱਤਾ, ਰੁਕੂਮ ਮਨ ਤਲਮਲ ਕੁਰਾਨਾ ਵਲਮਹੁ